ਮੇਰੀ ਕਵਿਤਾ ਹੈ ਵਾਇਰਸ ਇੱਥੇ ਵਿਦੇਸ਼ 'ਚ ਵੇਖਦੀ ਰਹੀ ਅਸਮਾਨ ਇੱਥੇ ਵਿਦੇਸ਼ 'ਚ ਵੇਖਦੀ ਰਹੀ ਅਸਮਾਨ ਭਰਿਆ ਭਰਿਆ ਬਦਲਾਂ ਦਾ ਗੁਬਾਰ ਟਪ ਟਪ ਪੰਘਰ ਦੀ ਬੁੰਦਾ ਲੋਕਾਂ ਦਾ ਗਾਇਬ ਹਜੂਮ ਮੰਡਰਾ ਰਿਹਾ ਸੁੰਨੀਆਂ ਸੜਕਾਂ ਤੇ ਵਾਇਰਸ ਦਾ ਸਾਇਆ ਸੀ ਕਾਇਦੇ ਨਾਲ ਪਾਰ ਕੀਤੀਆਂ ਕਾਰਾਂ ਗੱਲਾਂ ਵਾਂ ਜਿਵੇਂ ਦਾ ਜੋਸੀ ਉਵੇਂ ਹੀ ਹਰਿਆ ਭਰਿਆ ਸੀ ਕਿਤੇ ਕਿਤੇ ਟਾਵੇਂ ਟਾਵੇਂ ਲੋਕ ਕਿਤੇ ਕਿਤੇ ਟਾਵੇਂ ਟਾਵੇਂ ਲੋਕ ਵਧਵਾਸ ਜੇ ਪਰਛਾਵਿਆਂ ਤੋਂ ਡਰਦੇ ਬਰਫ਼ ਨਾਲ ਟੱਕੀਆਂ ਵਾਦੀਆਂ ਸਾਹ ਸਾਹ ਪੱਤੇ ਲੜਖੜਾਉਂਦੇ ਡਿਗਦੇ ਖਿੱਲਰਦੇ ਖੋਪ ਤੋਂ ਜੂਝਦੇ ਹੌਲੀ ਜੇ ਦਰਾਂ ਨੂੰ ਬੰਦ ਕਰ ਕਿਤੇ ਅੰਦਰ ਦਬਕ ਜਾਂਦੇ ਇਹ ਵਿਦੇਸ਼ੀ ਲੋਕ ਕੱਲ ਮੇਰੇ ਮੁਲਕ ਚ ਦੇਸ਼ ਬੰਦ ਸੀ ਟਿਕਣਾ ਹੁੰਦੇ ਹੁੰਦੇ ਸ਼ੰਖਨਾਦ ਮੰਦਰ ਦੀਆਂ ਘੰਟੀਆਂ ਦਾ ਸੰਗੀਤ ਥਾਲ ਚਮਚਿਆਂ ਕੋਲੀਆਂ ਦੇ ਰੋਲਿਆਂ ਨਾਲ ਕਰੋਨਾ ਦੀ ਮਹਾ ਜੰਗ ਸੀ ਆਓ ਆਓ ਜੋ ਕੱਲ ਸੀ ਅੱਜ ਵੀ ਸਕੂਨ ਲਿਆਵਿਏ ਆਓ ਜੋ ਕਲ ਸੀ ਅੱਜ ਵੀ ਸਕੂਨ ਲਈ ਆਵੀਏ ਘਰ ਪਰਿਵਾਰ ਨਾਲ ਬੈਠੀਏ ਤੇ ਗੱਲਾਂ ਕਰੀਏ ਘਰ ਪਰਿਵਾਰ ਨਾਲ ਬੈਠੀਏ ਤੇ ਗੱਲਾਂ ਕਰੀਏ ਕਿਹਾ ਸੀ ਮੇਰੇ ਇੱਕ ਦੋਸਤ ਨੇ ਕਿਹਾ ਸੀ ਇੱਕ ਮੇਰੀ ਦੋਸਤ ਨੇ ਕੁਝ ਟੁੱਟੇ ਰਿਸ਼ਤੇ ਸਮੇਟਿਏ ਗਿਲੇ ਸ਼ਿਕਵੇ ਦੇ ਪੌਦਿਆਂ ਨੂੰ ਜੜੋਂ ਵੜ ਮੰਦੀ ਕਿਆਰੀਆਂ 'ਚ ਪਿਆਰ ਤੇ ਵੀ ਉਪਜਾਈਏ ਤੇ ਹੌਲੀ-ਹੌਲੀ ਆਵਾਜ਼ ਤਰੰਗਾ ਨਾਲ ਮੰਨੋ ਥੱਤ ਪਾਈਏ ਜੋ ਕੱਲ ਵੀਜਿਆ ਸੀ ਜੋ ਕੱਲ ਵੀਜਿਆ ਸੀ ਅੱਜ ਕਤਰਾ ਕਤਰਾ ਇਹੋ ਸਕੂਨ ਲਿਆਵੀਏ ਜੋ ਕੱਲ ਵੀਜਿਆ ਸੀ ਅੱਜ ਕਤਰਾ ਕਤਰਾ ਇਹੋ ਸਕੂਨ ਲਿਆਵੀਏ ਪੰਛੀਆਂ ਦਾ ਕਲਰਪ ਸੁਣੀਏ ਪੰਛੀਆਂ ਦਾ ਕਲਰਪ ਸੁਣੀਏ ਅਤੇ ਮੁਸਕਰਾਈਏ ਪੰਛੀਆਂ ਦਾ ਕਲਰ ਸੁਣੀਏ ਅਤੇ ਮੁਸਕਰਾਈਏ ਸ਼ੁਕਰੀਆ